कत्या करूं कत्या करूं मैं तेरी रूम सारी रात कत्या करूं कत्या करूं मैं तेरी रूम सारी रात कत्या करूं। तो बोलियां पाउन लगे फोक म्यूजिक कंपटीशन लड़न लगे जाके बस पकड़ के सिर्फ रिकॉर्डिंग सुनना आंदा सी असी जो गाया वो कॉलेज टाइम से गाना पर बर्थडे लक लक बधाई है थानू। हां थैंक यू सो मच। बाकमाल कलाकारी की गल करिए बाकमाल गायकी की गल करिए तो एक ना हमेशा जिक्र के विच आता है लाडी सुरेंद्र लाडी जी नूं असीं हमेशा सुनने उते ओ थी मामा भांजा की जोड़ी में असीं कई बार आखी है तो देखी हुई है तो गल क्या थी कप्तान लाडी सर स्पेशली विशिंग यू वेरी वेरी हैप्पी बर्थडे एंड होम ऑफ विशेस पहले तो लख बधाई है थैंक यू सो मच प्यार हमेशा इन्ने अच्छे तरीके प्रमोट कर दो हर जगह प्रेजेंट कर दो। So, Voice of Punjab season 14 चल रहा है और सेट्स ते बहुत सारी खप पैंदी है और सुरेंद्र लाडी सर भी आए सी और मामा भांजा दी जिहड़ी असीं जोड़ी देखी सी ना उसदे ग्लिम्स जी असीं तुहानूं जरूर दिखावांगे पर एट द सेम टाइम जो सर मैं तुहाडी गायकी दे सफर दी असीं गल करी असीं सेट ते भी गल करदे आ बट ऑफ द ट्रैक जे मैं गल करा ते जिहड़ी इह शुरुआत होई सी वाज इट लाइक तुहाडे अंदर ज़हन दे विच सीगा कि हां मैं गायकी वल जाणा है ते तुसीं मामा जी ते थोड़ा बहुत सुनिया तो सवाल लगा कि नहीं आई कैन आल्सो डू इट। मैं बहुत छोटा जा सी जदों मामा जी दी रिकॉर्डिंग चलदी हुंदी सी चंडीगढ़ आउणा या जलंधर कि रिकॉर्डिंग चलदी ते मैं बड़े शौक नाल दिल्ली तों बस पकड़ के सिर्फ रिकॉर्डिंग सुनन आंदा सी नानके इवन ए हालात ए सीगे कि ਘਰੋਂ ਇੱਕ ਪਾਸੇ ਦੀ ਟਿਕਟ ਦੇ ਪੈਸੇ ਲੈ ਲੈਣੇ ਬੱਸ 'ਚ ਬੈਠ ਜਾਣਾ ਇੱਥੇ ਪਹੁੰਚ ਜਾਣਾ ਤੇ ਇੱਥੋਂ ਮਾਮੇ ਕੋਲੋਂ ਪੈਸੇ ਲੈਣੇ ਵਾਪਸ ਫਿਰ ਟਿਕਟ ਲੈਣੀ ਫਿਰ ਘਰ ਵਾਪਸ। ਅੱਛਾ ਜੀ ਤੇ ਸਪੋਰਟ ਕਰਦੇ ਸੀ ਕਿਦਾਂ ਨੂੰ? ਹਾਂ ਹਾਂ ਉਹਨਾਂ ਨੂੰ ਪਤਾ ਸੀਗਾ ਕਿ ਦੇਰ ਵਾਸ ਸਮਥਿੰਗ ਲਾਈਕ ਮਾਮਾ ਜੀ ਨੇ ਪੂਰੀ ਸਪੋਰਟ ਕੀਤੀ ਔਰ ਬੇਸਿਕਲੀ ਮੇਰੀ ਜੋ ਮਾਰਕੀਟ ਮਿਊਜ਼ਿਕ ਦੀ ਰਹੀ ਉਹ ਦਿੱਲੀ ਤੋਂ ਮੁੰਬਈ ਐਂਡ ਆਲ ਓਵਰ ਇੰਡੀਆ ਸ਼ੋਸ ਜ਼ਿਆਦਾ ਕਰਦੀ ਰਾਈਟ ਔਰ ਪੰਜਾਬ 'ਚ ਵੀ ਸ਼ੋਸ ਕਰੀਦੇ ਬਟ ਸਾਡਾ ਨੈਸ਼ਨਲ ਮਾਰਕੀਟ ਜਿਹੜਾ ਰਹਿੰਦਾ ਉਹ ਓਪਨ ਜ਼ਿਆਦਾ ਹੈ ਪੜਨਾ। ਹਾਂਜੀ ਮਾਮਾ ਜੀ ਨੇ ਜਦੋਂ ਸ਼ੌਂਕ ਪਾਇਆ ਫਿਰ ਕਾਲਜ ਖਾਲਸਾ 'ਚ ਹੀ ਅਸੀਂ ਪੜ੍ਹੇ ਖਾਲਸਾ ਕਾਲਜ 'ਚ ਫਿਰ ਉਹ ਭੰਗੜਾ ਗਿੱਧਾ ਬੋਲੀਆਂ ਉਹ ਤਾਂ ਬੋਲੀਆਂ ਪਾਉਣ ਲੱਗੇ ਫੋਕ ਮਿਊਜ਼ਿਕ ਕੰਪੀਟੀਸ਼ਨ ਲੜਨ ਲੱਗੇ ਜਾ ਕੇ ਉਹ ਕਰਦੇ 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 ਕਦੋਂ ਪ੍ਰੋਫੈਸ਼ਨਲ ਆਰਟਿਸਟ ਬਣ ਗਏ ਕਦੋਂ ਪੈਸੇ ਲੈਣ ਲੱਗੇ ਕਦੋਂ ਪਤਾ ਲੱਗਾ ਕਿ ਅਸੀਂ ਇੱਥੇ ਡਿਪੈਂਡ ਹੋ ਗਏ ਸਾਨੂੰ ਨਹੀਂ ਪਤਾ। ਅੱਛਾ ਉਹ ਸਫ਼ਰ ਮਤਲਬ ਤੁਰਦਾ ਤੁਰਦਾ ਚੱਲਦਾ ਚੱਲਦਾ ਉਮੀਦ ਨਹੀਂ ਕੀਤੀ ਸੀ ਨਾ ਕਿਉਂਕਿ ਮੇਰੇ ਮਾਮਾ ਜੀ ਵੀ ਬਾਈ ਸ਼ੌਂਕ ਆਰਟਿਸਟ ਬਣੇ ਕਿਉਂਕਿ ਸਾਡੀ ਬੈਕਗ੍ਰਾਉਂਡ ਸਾਡੇ ਘਰਾਂ ਦੇ ਵਿੱਚ ਮਿਊਜ਼ਿਕ ਪ੍ਰੋਪਰ ਬੈਕਗ੍ਰਾਉਂਡ ਨਹੀਂ ਹੈਗੀ ਜਸਟ ਸ਼ੌਂਕ ਵਾਲੀ ਫੋਕ ਮਿਊਜ਼ਿਕ ਨੂੰ ਗਾਉਣਾ ਉਹਨਾਂ ਗਾਉਂਦੇ 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 ਅੱਜ ਮਾਪਾ ਨਹੀਂ ਗਿਆ ਸਾਡੀ ਜਿਹੜੀ ਦਾਲ ਰੋਟੀ ਚੱਲਦੀ ਹੈ ਉਹ ਇਸ ਮਿਊਜ਼ਿਕ ਤੇ ਮਿਊਜ਼ਿਕ ਤੇ ਚੱਲਦੀ ਹੈ। ਸੋ ਬਹੁਤ ਵਧੀਆ ਲੱਗਦਾ ਜਦ ਅਸੀਂ ਤੁਹਾਨੂੰ ਸੁਣਦੇ ਆ ਤੇ ਉਹ ਪਹਿਲਾ ਗਾਣਾ ਜਾਂ ਗੀਤ ਮੈਂ ਜੇ ਆਖਾਂ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਅਜ਼ੀਜ਼ ਹੋ ਔਰ ਪਹਿਲੀ ਸਟੇਜ ਪਰਫਾਰਮੈਂਸ ਤੁਸੀਂ ਉਸ ਗੀਤ ਨਾਲ ਦਿੱਤੀ ਹੋਵੇ ਜੇ ਤੁਸੀਂ ਉਹਦੇ ਦੋ ਬੋਲ ਦੈਟ ਫੀਲਿੰਗ ਦੱਸ ਦੋ ਮੈਨੂੰ ਕਿਹੋ ਜਿਹੀ ਸੀਗੀ? ਉਹ ਤੇਰੇ ਸ਼ਹਿਰ ਦੀ ਗੱਲ ਸੀ ਉਹਦੇ ਚ ਜਲੰਧਰ। ਹਾਂ ਉਹ ਗਾਣਾ ਮੈਂ ਪਹਿਲੇ ਸਭ ਤੋਂ ਪਹਿਲਾਂ ਆਪਣੇ ਕਾਲਜ ਚ ਗਾਇਆ ਸੀ ਔਰ ਉਹ ਗਾਣਾ ਬਹੁਤ ਜ਼ਿਆਦਾ ਤੇ ਜਲੰਧਰ ਖਾਲਸਾ ਕਾਲਜ ਸਟੱਡੀ ਕੀਤਾ? ਨਹੀਂ ਮੈਂ ਸਟੱਡੀ ਦਿੱਲੀ ਖਾਲਸਾ ਕਾਲਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਪੜ੍ਹਿਆ। ਅੱਛਾ ਜੀ। ਔਰ ਜਲੰਧਰ ਮੈਂ ਇਸ ਕਰਕੇ ਕਹਿੰਦਾ ਹੁੰਦਾ ਕਿ ਸ਼ਹਿਰ ਮੇਰਾ ਹੀ ਹੈ ਕਿਉਂਕਿ ਮੇਰੇ ਨਾਮ ਕੇ ਨਾਮ ਕੇ ਉੱਤਰ ਉੱਪਰ ਤੋਂ ਮੇਰੇ ਦਾਦਕੇ ਥੋੜਾ ਜਾ ਕੇ ਜੋ ਜ਼ਿਲ੍ਹਾ ਪੈ ਜਾਂਦਾ ਹੁਸ਼ਿਆਰਪੁਰ ਲੇਕਿਨ ਮੇਰੇ ਨਾਮ ਕੇ ਉੱਤਰ ਦੇ ਨੇ ਸੋ ਅਸੀਂ ਦੋਨੋਂ ਕਾਫੀ ਜ਼ਿਆਦਾ ਰਿਲੇਟ ਕਰਦੇ ਹਾਂ। ਬਿਲਕੁਲ ਬਿਲਕੁਲ ਟਾਂਡੇ ਤੋਂ ਜਾਓ ਤਾਂ ਪਿੰਡ ਪੈਂਦਾ ਜੀ ਸਰਾਂ ਦੇ ਲਾਗੇ। ਹਾਂਜੀ 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 ਉਹ ਸਾਡਾ ਪਿੰਡ ਹੈ ਜੀ ਮੇਰੇ ਦਾਦਕਿਆਂ ਦਾ ਔਰ ਬਿੰਪਾਲ ਕੇ ਪਿੰਡ ਸਪੋਕਪੁਰ ਉਹ ਮੇਰਾ ਨਾਮ ਕਿਨੇ ਤਾਂ ਉਦੋਂ ਸੀਗਾ ਕਾਲਜ ਦੇ ਵਿੱਚ ਇੱਕ ਗਾਣਾ ਸੀ ਜਿਹੜਾ ਮੈਂ ਕਾਫੀ ਗਾਉਂਦਾ ਸੀ ਤੇ ਉਹ ਕਾਫੀ ਪਪੂਲਰ ਵੀ ਸੀ ਉਹਨਾਂ ਦਿਨਾਂ ਦੇ ਬਾਅਦ ਚੋਂ ਰਿਕਾਰਡ ਵੀ ਆਇਆ ਇੱਧਰ ਉੱਧਰ ਅਲੱਗ ਅਲੱਗ ਜਗ੍ਹਾ ਦੇ ਉੱਤੇ ਅਸੀਂ ਅਲੱਗ ਅਲੱਗ ਉਹਦੇ ਟੱਪੇ ਬਣਾਏ ਹੋਏ ਸੀ ਬਟ ਜਦੋਂ ਤੁਹਾਨੂੰ ਪਤਾ ਹੀ ਜਦੋਂ ਅਸੀਂ ਯੰਗਸਟਰ ਹੁੰਦੇ ਆ ਕਾਲਜ ਦੀ ਸਟੇਜ ਉੱਤੇ ਸਾਹਮਣੇ ਕੁੜੀਆਂ ਤਾਲੀਆਂ ਮਾਰਨ ਉੱਧਰ ਦਮਨ ਤਾਂ ਬੜਾ ਇੱਕ ਹੁੰਦਾ ਸਿਸਟਮ ਰੋ ਵੀ ਹਾਂ ਵੀ ਯਾਰ ਆਪਾਂ ਕੁਝ ਗਾ ਰਹੇ ਆ ਕੁਝ ਕਰ ਰਹੇ ਉਹਨਾਂ ਦਿਨਾਂ 'ਚ ਤਾਂ ਕੋਈ ਜ਼ਿਆਦਾ ਸਾਜ਼ ਨਹੀਂ ਹੁੰਦੇ ਸੀ ਇੱਕ ਢੋਲਕ ਹੁੰਦੀ ਸੀ। ਹਾਂ ਜਾ ਆਏ ਨੇ ਧਿਆਨ ਨਾਲ। ਹਾਂ ਮੈਂ ਮੈਮ ਨੂੰ ਦੱਸ ਉਹ ਮੇਰੇ ਨਾਲ ਉਹਦੇ ਤੋਂ ਗੱਲਾਂ ਨਾਲ ਚੱਲਦੀਆਂ ਰਹਿੰਦੀਆਂ ਆ ਅਸੀਂ ਮੇਰਾ ਤੇ ਨਾਲ ਇੱਕ ਹੱਥ ਪਾਉਂਦੇ ਰਹਿੰਦੇ ਮੈਂ ਵੀ ਇਹਨਾਂ ਨੂੰ ਟੀਜ਼ ਕਰਦੀ ਹੁੰਦੀ ਆ ਮੈਨੂੰ ਟੀਜ਼ ਕਰਦੇ ਪਿਆਰ ਮੁਹੱਬਤ ਨਾਲ ਸਾਡਾ ਇਹ ਰਿਸ਼ਤਾ ਚੱਲਦਾ ਆ। ਸੋ ਸਰੋਪ ਹਾਂ ਜੀ ਉਹ ਗਾਣਾ ਤਕਰੀਬਨ ਅਲੱਗ ਅਲੱਗ ਕਿਸਮ ਦੇ ਨਾਲ ਬਹੁਤ ਬਹੁਤ ਵਾਰ ਰਿਲੀਜ਼ ਹੋ ਬਟ ਅਸੀਂ ਜਦੋਂ ਗਾਇਆ ਉਹ ਕਾਲਜ ਟਾਈਮ ਚ ਗਾਉਂਦੇ ਹਾਂ। ਓਕੇ ਕੱਤਿਆ ਕਰੂੰ ਮੈਂ ਤੇਰੀ ਰੂਮ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਮ ਸਾਰੀ ਰਾਤ ਕੱਤਿਆ ਕਰੂੰ ਕਿਸੇ ਦੀ ਹਯਾਮਾ ਕਿਸੇ ਦੀ ਹੋਂਦਾ ਕਿਸੇ ਦੀ ਹਯਾਮਾ ਕਿਸੇ ਦੀ ਹੋਂਦਾ ਮੇਰੀ ਹੈ ਲੂਨਾ ਤੂੰ ਮੈਂ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਮ ਸਾਰੀ
ਇਧਰ ਆਪਾਂ ਟੱਪੇ ਜੋੜਨੇ ਦੇ ਕਿਸੇ ਦੀ ਕੰਪਾ ਕਿਸੇ ਅੱਛਾ ਇਹਦੇ ਲਾਈਨਾਂ ਜੋੜਨੀਆਂ ਆਪਣੇ ਨਾਲ ਕਿਸੇ ਦੀ ਔਰ ਇਧਰ ਦੇ ਗਾਣੇ ਤੋਂ ਕੁੜੀਆਂ ਤੇ ਮੁੰਡੇ ਦਾ ਕੀ ਸਾਰੇ ਰਲ ਜਾਂਦੇ ਨੇ ਤੁਸੀਂ ਆਡੀਟੋਰੀਅਮ ਜਿਹਾ ਦੇਖਾਂਦੇ ਆ ਉਸ ਤੋਂ ਬਾਅਦ ਇੱਕ ਆਪਣੇ ਸ਼ਹਿਰ ਵਾਲਾ ਗਾਣਾ ਬੜਾ ਪਪੂਲਰ ਹੋਇਆ ਮੇਰਾ ਦਿੱਲੀ ਚ ਉਸ ਵੀ ਪਟਕਾ ਲਾ ਕੇ ਆਈ ਆ ਬਿਨਤ ਪਾ ਕੇ ਆਈ ਆ ਜਿਰੇ ਵੇ ਪੈਣਾ ਦੀ ਜਨਮ ਦਿਨੋਂ ਲਿਆਈ ਆ ਪਿੰਡ ਵਿੱਚ ਸਾਰੇ ਵੇਖ ਮੱਚ ਗਈ ਦੁਹਾਈ ਆ ਵੇਖ ਲੰਬੜਾ ਨਿਹਾਲ ਕੋਰ ਆਈ ਆ ਵੇਖ ਲੰਬੜਾ ਨਿਹਾਲ ਕੋਰ ਆਈ ਆ ਸਰ ਕੌਣ ਹੈ ਨਿਹਾਲ ਕੋਰ ਗੁਰਨੀਤ ਕੌਰ ਚ ਬਦਲ ਗਈ बहुत मजा लिता परमात्मा थोड़ी सब लंबिया उम्र करे सब तरक्या बख्शे सब नाम बख्शे गुरु महाराज सब आशीर्वाद थैंक यू सो मच सर एंड हैप्पी बर्थडे थैंक यू सो मच